ਇੱਕ ਸ਼ਰਧਾਲੂ ਨੇ ਬੁੱਧ ਨੂੰ ਪੁੱਛਿਆ ਚੰ드ਰਮਾ ਚ ਦਾਗ ਕਿਉਂ ਹੈ ਦੀਵੇ ਥਲੇ ਹਨੇਰਾ ਕਿਉਂ ਹੈ ਬੁੱਧ ਨੇ ਉਸ ਵੱਲ ਵੇਖਿਆ ਤੇ ਕਿਹਾ ਚੰ드ਰਮਾ ਸ਼ੀਤਲ ਹੁੰਦਾ ਹੈ ਸੋਨਾ ਹੁੰਦਾ ਹੈ ਹਰ ਵਸਤ ਨੂੰ ਸੋਨਾ ਬਣਾ ਦਿੰਦਾ ਹੈ ਮਨ ਨੂੰ ਸ਼ਾਂਤ ਕਰਦਾ ਹੈ ਪਰ ਨਾਲ ਹੀ ਪੁੱਛਿਆ ਤੇਰਾ ਧਿਆਨ ਦਾਗ ਵਾਲੀ ਕਿਉਂ ਗਿਆ ਦੀਵਾ ਪ੍ਰਕਾਸ਼ ਦਿੰਦਾ ਹੈ ਪ੍ਰਕਾਸ਼ ਗਿਆਨ ਦਾ ਪ੍ਰਤੀਕ ਹੈ ਦੀਵੇ ਦੀ ਲੋਜ ਹਰ ਕੋਈ ਸੁੰਦਰ ਲੱਗਦਾ ਹੈ ਦੀਵੇ ਦਾ ਪ੍ਰਕਾਸ਼ ਸੁਖਾਵਾਂ ਪ੍ਰਭਾਵ ਸਿਰਜਦਾ ਹੈ ਪਰ ਤੇਰਾ ਧਿਆਨ ਦੀਵੇ ਥੱਲੇ ਹਨੇਰੇ ਵੱਲ ਹੀ ਕਿਉਂ ਗਿਆ ਤੂੰ ਜੋ ਆਪ ਹੈ ਉਹੀ ਕੁਝ ਲੱਭਦਾ ਵੇਖਦਾ ਹੈ ਤਾਂ